ਗੁਰਦਾਸਪੁਰ ਦੇ ਵਿੱਚ ਹੁਣ ਤੱਕ ਕੋਈ ਵੀ ਪੇਸ਼ੈਂਟ ਜਿਹੜਾ ਪੋਜ਼ਿਟਿਵ ਨਹੀਂ ਪਾਇਆ ਗਿਆ। 23 ਸੈਂਪਲ ਭੇਜੇ ਗਏ ਸੀਗੇ, 23 ਦੇ 23 ਨੈਗੇਟਿਵ ਆਏ ਨੇ। ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੁਸਤ ਹੈ, ਆਪਣੀ ਪਲੈਨਿੰਗ ਕਰ ਰਹੇ ਹੈ। ਅਸੀਂ ਇੱਕ ਤਾਂ ਕੋਈ ਐਮਰਜੈਂਸੀ ਵਾਸਤੇ 4 ਵੈਂਟੀਲੇਟਰ ਅਰੇਂਜ ਕਰ ਲਏ ਨੇ। ਇਸ ਤੋਂ ਇਲਾਵਾ ਸਾਡੇ ਕੋਲ ਪ੍ਰਾਈਵੇਟ ਹਸਪਤਾਲਾਂ 'ਚ ਵੈਂਟੀਲੇਟਰ ਹੈਗੇ ਹੈ। ਮੇਰੀ ਕੱਲ੍ਹ IMA ਨਾਲ ਮੀਟਿੰਗ ਹੋ ਗਈ ਸੀਗੀ, ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਵੀ ਜੇ ਲੋੜ ਪਏਗੀ ਉਹਨਾਂ ਦੇ ਜਿਹੜੇ ਵੈਂਟੀਲੇਟਰ ਹੈ ਉਹ ਵੀ ਅਸੀਂ ਵਰਤਾਂਗੇ। ਇਹਦੇ ਨਾਲ ਸਾਡੇ ਕੋਲ ਲਗਭਗ 7 ਵੈਂਟੀਲੇਟਰ ਹੋ ਜਾਣਗੇ। ਔਰ ਇਹਦੇ ਨਾਲ ਨਾਲ ਸਾਨੂੰ ਇਹ ਪਲੈਨਿੰਗ ਕੀਤੀ ਹੈ ਕਿ ਭਾਵੇਂ ਦੇਖੋ ਕੇਸ ਨਹੀਂ ਹੋਇਆ, ਅਸੀਂ 4550 ਬੈੱਡ ਹੋਰ ਤਿਆਰ ਕਰ ਰਹੇ ਹਾਂ ਭਿੰਨ ਭਿੰਨ ਥਾਵਾਂ ਦੇ ਉੱਪਰ, ਕਿ ਜੇ ਬਾਈ ਚਾਂਸ ਬਿਮਾਰੀ ਇਕਦਮ ਫੈਲ ਜਾਂਦੀ ਹੈ ਤਾਂ ਸਾਨੂੰ ਅਚਾਨਕ ਐਮਰਜੈਂਸੀ ਪਲੈਨਿੰਗ ਨਾ ਕਰਨੀ ਪਵੇ। ਅਸੀਂ 4550 ਬੈੱਡ ਤਿਆਰ ਕਰ ਰਹੇ ਹਾਂ, ਉਹਦੇ ਲਈ ਡਾਕਟਰਾਂ ਨੂੰ ਟ੍ਰੇਨ ਕਰ ਰਹੇ ਹਾਂ, ਨਰਸਾਂ ਨੂੰ ਟ੍ਰੇਨ ਕਰ ਰਹੇ ਹਾਂ, ਕਿਉਂਕਿ ਤਕਰੀਬਨ 2000 ਸਾਨੂੰ ਨਰਸਾਂ ਚਾਹੀਦੀਆਂ ਨੇ ਔਰ 300 ਡਾਕਟਰ ਚਾਹੀਦੇ ਨੇ। ਸੋ ਅਸੀਂ ਡਾਕਟਰ ਜਿੰਨੇ ਜ਼ਿਲ੍ਹੇ 'ਚ ਕੰਮ ਕਰ ਰਹੇ ਨੇ, ਰਿਟਾਇਰਡ ਨੇ, ਆਯੁਰਵੈਦਿਕ ਦੇ ਨੇ, ਸਾਰਿਆਂ ਨੂੰ ਟ੍ਰੇਨਿੰਗ ਦੇ ਕੇ ਉੱਥੇ ਲਗਾ ਰਹੇ ਹਾਂ। ਔਰ ਇਹ 2 ਵੈਂਟੀਲੇਟਰ ਸਾਡੇ ਕੋਲ ਆਏ ਨੇ ਜੀ, ਓਬਰਾਏ ਸਾਹਿਬ ਜਿਹੜੇ ਸਾਡੇ NRI ਦੇ ਦੁਬਈ ਨੇ ਆਪਣੇ ਕੰਮ ਕਰਦੇ ਨੇ, ਉਹ ਗੁਰਦਾਸਪੁਰ ਲਈ ਆਏ ਨੇ। ਅਤੇ 2 ਅਸੀਂ ਵੈਂਟੀਲੇਟਰ ਅਰੇਂਜ ਕੀਤੇ ਨੇ MP ਲੈਂਡ ਫੰਡ ਦੇ ਵਿੱਚੋਂ, ਸਾਡੇ ਜਿਹੜੇ MP ਜੀ ਨੇ ਸੰਨੀ ਦਿਓਲ ਜੀ, ਉਹਨਾਂ ਨੇ ਆਪਣੇ ਫੰਡ 'ਚ ਪੈਸੇ ਐਲੋਕੇਟ ਕੀਤੇ ਸੀਗੇ, ਉਹ ਦਿੱਤੇ ਨੇ। ਪਲੱਸ ਅਸੀਂ 11 ਲੱਖ ਰੁਪਏ ਦਾ ਸਮਾਨ ਹੋਰ ਆਰਡਰ ਕੀਤਾ ਜੀ, ਜੀ PP ਕਿੱਟਾਂ ਨੇ, ਮਾਸਕ ਹੈ, ਸੈਨੇਟਾਈਜ਼ਰ ਹੈ, ਤਾਂ ਕਿ ਜੇ ਬਾਈ ਚਾਂਸ ਲੋੜ ਪੈ ਜੇ ਸਾਨੂੰ ਡਾਕਟਰ ਨੂੰ, ਕਿਉਂਕਿ ਆਪਾਂ ਜੇ ਡਿਊਟੀ 'ਤੇ ਲਗਾਉਣੇ ਵੀ ਆ ਤਾਂ ਉਹਨਾਂ ਨੂੰ ਇੱਕ ਪ੍ਰੋਟੈਕਟਿਵ ਇਕੁਪਮੈਂਟ ਚਾਹੀਦਾ, ਅਸੀਂ ਉਹਦੀ ਵੀ ਐਡਵਾਂਸ ਪਲੈਨਿੰਗ।